ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਚੋਰਾਂ ਨੇ ਜਮਾਲਪੁਰ ਵਿਖੇ ਸਥਿਤ ਇੱਕ ਸੈਨਟਰੀ ਸਟੋਰ ਦੀ ਕੰਧ ਨੂੰ ਸੰਨ ਲਗਾ ਕੇ ਅਤੇ ਇੱਕ NRI ਦੀ ਕੋਠੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਅੰਦਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਂ ਲਕਸ਼ਮੀ ਸੈਂਟਰੀ ਸਟੋਰ ਦੇ ਮਾਲਕ ਲੋਹਾ ਸਿੰਘ ਨੇ ਦੱਸਿਆ ਕਿ ਜਦ ਉਸਦਾ ਲੜਕਾ ਸਵੇਰੇ 8 ਵਜੇ ਦੇ ਕਰੀਬ ਦੁਕਾਨ 'ਤੇ ਆਇਆ ਤਾਂ ਉਸਨੇ ਦੇਖਿਆ ਕਿ ਚੋਰ ਦੁਕਾਨ ਦੇ ਪਿੱਛੇ ਕੋਠੀ ਵਾਲੀ ਸਾਈਡ ਤੋਂ ਕੰਧ ਪਾੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਦੁਕਾਨ ਅੰਦਰੋਂ ਕੀਮਤੀ ਟੂਟੀਆਂ ਲੈ ਗਏ। ਉਹਨਾਂ ਦੱਸਿਆ ਕਿ ਚੋਰ ਦੁਕਾਨ ਦੇ ਪਿੱਛੇ ਬਣੀ ਕੋਠੀ ਅੰਦਰੋਂ ਬਾਥਰੂਮ ਦੀਆਂ ਟੂਟੀਆਂ, 2 ਬੈਟਰੀਆਂ ਅਤੇ ਹੋਰ ਕੀਮਤੀ ਸਮਾਨ ਲੈ ਗਏ। ਉਹਨਾਂ ਦੱਸਿਆ ਕਿ ਇਸ ਚੋਰੀ ਦੇ ਨਾਲ ਉਹਨਾਂ ਦਾ ਲਗਭਗ 2.5 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਹੈ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੋਹਾ ਸਿੰਘ, ਤੁਹਾਡੀ ਦੁਕਾਨ ਮਹਾਲਕਸ਼ਮੀ ਸੈਂਟਰੀ ਸਟੋਰ ਚਿਚਰਾੜੀ ਪਿੰਡ ਹੈ, ਜਮਾਲਪੁਰ ਚ ਪਿੰਡ ਹੈ ਜਮਾਲ। ਕੀ ਹੋਇਆ ਜੀ ਇੱਥੇ? ਜਦ ਮੁੰਡਾ ਆਇਆ 8:30 ਵਜੇ ਦੁਕਾਨ ਸੇਟਾ ਚੱਕਿਆ ਤਾਂ ਕੰਧ ਪੱਟਿਆ ਤਾ, ਉਹ ਸਾਰੇ ਟੁੱਟਿਆ ਸਮਾਨ ਪਿੱਤਲ ਕੇ ਜਿੰਨੇ ਸਾਰੇ ਲੈ ਗਏ ਚੱਕ ਕੇ। ਪਿੱਛੇ ਕੋਠੀ ਕੇ ਵੀ ਟੁੱਟਿਆ ਟੱਟਿਆ ਜਿਹੜੇ ਸਮਾਨ ਤਾਂ ਬਿਲੇਤੀਆ ਕੇ ਉਹ ਵੀ ਚੱਕ ਲਏ, ਬੈਟਰੀ ਬੁਟਰੀ ਸਾਰੇ ਕੁਝ ਚੱਕ ਕੇ ਲੈ ਗਏ। ਕਿੰਨੇ ਕੁ ਦਾ ਨੁਕਸਾਨ ਹੋ ਗਿਆ? ਉੱਧਰ ਹੋ ਗਿਆ 2.5 ਲੱਖ ਹੋ ਗਿਆ ਜੀ, 2-2.5 ਲੱਖ ਰੁਪਈਆ ਕੇ ਹੋਇਆ ਤਾਂ ਨੁਕਸਾਨ। ਪੁਲਿਸ ਆਈ? ਹਾਂਜੀ, ਪੁਲਿਸ ਆਇਆ ਸਰ, ਰਿਪੋਰਟ ਲਿਖ ਕੇ ਗਏ।